ਸਕੂਲ ਨੇੜੇ ਫਾਇਰਿੰਗ ਹੋਈ ਆ। ਜੀ ਹਾਂ, ਤੇ ਇੱਕ ਹੋਰ ਫਾਇਰਿੰਗ ਦੀ ਘਟਨਾ ਵਾਪਰੀ ਔਰ ਸਕੂਲ ਦੇ ਕੋਲ ਇਸ ਜਿਹੜੀ ਘਟਨਾ ਹੋਈ ਹੈ। ਸਕੂਲ ਦੇ ਬਾਹਰ ਬੱਚਿਆਂ 'ਚ ਇਸ ਨੂੰ ਲੈ ਕੇ ਹਫੜਾ ਦਫੜੀ ਦੇਖਣ ਨੂੰ ਮਿਲੀ। ਗੋਲੀ ਵੱਜਣ ਨਾਲ ਇੱਕ ਨੌਜਵਾਨ ਜ਼ਖਮੀ ਵੀ ਹੋਇਆ। ਹੁਣ ਬਟਾਲਾ ਦੇ ਵਿੱਚ ਗੋਲੀ ਚੱਲੀ ਹੈ ਔਰ ਜੋ ਜਾਣਕਾਰੀ ਮਿਲ ਰਹੀ ਹੈ, ਬਟਾਲਾ ਦੇ ਵਿੱਚ ਸਕੂਲ ਦੇ ਨੇੜੇ ਇੱਥੇ ਫਾਇਰਿੰਗ ਹੋਈ ਹੈ ਔਰ ਇਸ ਦੇ ਨਾਲ ਬੱਚਿਆਂ ਦੇ ਵਿੱਚ ਹਫੜਾ ਦਫੜੀ ਔਰ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿਸ ਨਾਲ ਇੱਥੇ ਫਾਇਰਿੰਗ ਹੋਈ, ਕਿਉਂਕਿ ਇੱਕ ਨੌਜਵਾਨ ਇਸ ਫਾਇਰਿੰਗ ਦੇ ਵਿੱਚ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ। ਰਾਧਾ ਕ੍ਰਿਸ਼ਨ ਕਾਲੋਨੀ ਦੇ ਵਿੱਚ ਦਿਨ ਦਿਹਾੜੇ ਤੇ ਫਾਇਰਿੰਗ ਦੀ ਘਟਨਾ ਵਾਪਰੀ। ਆਪਸੀ ਰੰਜਿਸ਼ ਇਸ ਫਾਇਰਿੰਗ ਦੀ ਵਜ੍ਹਾ ਦੱਸੀ ਜਾ ਰਹੀ ਹੈ, ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ। ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਹੁਣ ਰੈਫਰ ਕੀਤਾ ਗਿਆ। ਗੋਲੀ ਚਲਾਉਣ ਵਾਲੇ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਦੱਸਦੀ ਕਿ ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਕੀਤਾ ਗਿਆ, ਜਿਸ ਨਾਲ ਇੱਥੇ ਬਟਾਲਾ ਵਿੱਚ ਘਟਨਾ ਵਾਪਰੀ ਹੈ। ਪੁਲਿਸ ਫਿਲਹਾਲ ਮੌਕੇ ਤੇ ਵੀ ਮੌਜੂਦ ਹੈ ਇੱਥੇ, ਲੇਕਿਨ ਕਿਸ ਕਦਰ ਦਿਨ ਦਿਹਾੜੇ ਗੋਲੀ ਚੱਲੀ ਹੈ ਸਕੂਲ ਦੇ ਨੇੜੇ, ਇਸ ਤਰ੍ਹਾਂ ਦੀ ਘਟਨਾ ਵਾਪਰਨੀ ਔਰ ਇਸ ਨੂੰ ਲੈ ਕੇ ਬੇਹੱਦ ਜ਼ਿਆਦਾ ਬੱਚਿਆਂ ਦੇ ਵਿੱਚ ਵੀ ਦਹਿਸ਼ਤ ਪਾਈ ਗਈ ਹੈ। ਹਾਲਾਂਕਿ ਗਨੀਮਤ ਰਹੀ ਕਿ ਕਿਸ ਤਰ੍ਹਾਂ ਦਾ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ, ਲੇਕਿਨ ਇੱਕ ਨੌਜਵਾਨ ਜਿਹੜਾ ਹੈ ਉਹ ਜ਼ਰੂਰ ਜ਼ਖਮੀ ਹੋਇਆ, ਜਿਸ ਨੂੰ ਕਿ ਅੱਗੇ ਹਸਪਤਾਲ 'ਚ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ, ਜਿਸ ਦੇ ਤਹਿਤ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ। ਸੋ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਘਟਨਾਵਾਂ, ਹਥਿਆਰਾਂ ਦਾ ਇਸਤੇਮਾਲ, ਗੋਲੀਆਂ ਚੱਲਣੀਆਂ, ਉਹਨੇ ਆਮ ਜੀ ਗੱਲ ਹੋ ਗਈ ਹੈ। ਇਹ ਦੇਖ ਸਕਦੇ ਹੋ, ਇਹ ਉਹ ਸਕੂਲ ਜਿਸ ਦੇ ਨੇੜੇ ਫਾਇਰਿੰਗ ਹੋਈ ਹੈ, ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ, ਜਿਸ ਨੂੰ ਲੈ ਕੇ ਬੱਚਿਆਂ 'ਚ ਫਿਰ ਅਫਰਾ ਤਫੜੀ ਮਚੀ ਹੈ ਔਰ ਕਿਤੇ ਨਾ ਕਿਤੇ ਡਰ ਔਰ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਫਿਲਹਾਲ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਜੋ ਜ਼ਖਮੀ ਸ਼ਖਸ ਹੈ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਰਜਿੰਦਰ ਟਾਲੀਵਾਲ ਦੇ ਨਾਲ ਗੱਲ ਕਰਦੇ ਹਾਂ। ਰਜਿੰਦਰ, ਪੰਜਾਬ ਦੇ ਵਿੱਚ ਹੁਣ ਇਸ ਤਰ੍ਹਾਂ ਦੇ ਨਾਲ ਗੋਲੀਆਂ ਚੱਲਣੀਆਂ, ਹਥਿਆਰਾਂ ਦਾ ਇਸਤੇਮਾਲ ਹੋਣਾ ਤਾਂ ਆਮ ਜੀ ਗੱਲ ਹੋ ਗਈ ਹੈ, ਲੇਕਿਨ ਇੱਥੇ ਸਕੂਲ ਦੇ ਨੇੜੇ ਘਟਨਾ ਵਾਪਰਨਾ ਹੈਰਾਨ ਕਰਦਾ ਹੈ। ਕੀ ਕੁਝ ਹੋਰ ਜਾਣਕਾਰੀ? ਜੀ ਬਿਲਕੁਲ, ਬੇਹੱਦ ਜਿਹੜੀ ਪੋਸ਼ ਕਲੋਨੀ ਆ, ਆਸੇ ਪਾਸੇ ਇੱਕ ਬੱਚਿਆਂ ਦਾ ਸਟਾਲ ਆ, ਡਾਕਟਰਾਂ ਦੀ ਰੈਜੀਡੈਂਸ ਆ, ਔਰ ਇੱਥੋਂ ਤੱਕ ਕਿ ਜਿਹੜੇ ਵਿਧਾਇਕ ਨੇ ਇੱਥੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਵੀ ਪੁਰਾਣਾ ਘਰ ਇੱਥੇ ਆ, ਔਰ ਜਿਹੜੇ ਆਪ ਦੇ ਨੇਤਾ ਚੌਹਾਨ ਸਾਹਿਬ ਨੇ ਉਹਨਾਂ ਦੇ ਘਰ ਦੇ ਸਾਹਮਣੇ ਦਿਨ ਦਿਹਾੜੇ ਇਹ ਜਿਹੜੀ ਆਉਂਦੇ ਨੇ ਬੱਚੇ ਆਉਂਦੇ ਨੇ ਜਾਂ ਨੌਜਵਾਨ ਆਉਂਦੇ ਨੇ, ਕਹਿੰਦੇ ਬਾਹਰੋਂ ਦੱਸਿਆ ਜਾ ਰਿਹਾ ਕੋਈ ਕੈਲੀਫੋਰਨੀਆ ਤੋਂ ਬੱਚਾ ਆਇਆ ਔਰ ਉਸਨੇ ਆਪਣੇ ਸਾਥੀ ਜਿਹੜਾ ਪੁਰਾਣੀ ਉਹਦੇ ਨਾਲ ਕੋਈ ਰੰਜਿਸ਼ ਸੀ, ਉਹਦੇ ਨਾਲ ਪਹਿਲੋਂ ਤਕਰਾਰਬਾਜ਼ੀ ਹੋਈ, ਪਹਿਲੋਂ ਵੀ ਇਹਨਾਂ ਦਾ ਕਿਤੇ ਰਾਜ਼ੀਨਾਮਾ ਹੋਇਆ, ਅੱਜ ਉਸਨੂੰ ਬੱਚੇ ਨੂੰ ਰੋਕ ਕੇ ਔਰ ਉਸਦੀ ਜਿਹੜੇ ਪੇਟ ਆ ਵੱਖੀ ਦੇ ਵਿੱਚ ਗੋਲੀ ਮਾਰ ਦਿੱਤੀ ਹੈ, ਦਮਨ ਕਰਾਇਆ ਨਾ ਆਇਆ। ਜਿਹੜਾ ਬੱਚਾ ਜ਼ਖਮੀ ਹੋਇਆ ਉਹ ਪਲੱਸ ਟੂ 'ਚ ਪੜ੍ਹਦਾ ਸੀ ਜਾਂ ਉਸ ਤੋਂ ਬਾਅਦ ਵਿੱਚ ਉਹਦੇ BA ਕੀਤੀ ਜਾਂ ਨਹੀਂ ਕੀਤੀ, ਇਹ ਸਾਰੀ ਪੁਲਿਸ ਇਸ ਦੀ ਜਾਂਚ ਉਸ ਤੋਂ ਬਾਅਦ ਦੱਸੇਗੀ, ਪਰ ਉਸਦੀ ਬੱਚੇ ਦੀ ਹਾਲਤ ਬੇਹੱਦ ਨਾਜ਼ੁਕ ਹੈ, ਬੇਹੱਦ ਗੰਭੀਰ ਆ। ਬਟਾਲਾ ਤੋਂ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਔਰ ਜਿਹੜਾ ਨੌਜਵਾਨ ਨੇ ਗੋਲੀ ਚਲਾਈ ਆ ਉਸਦਾ ਪਿਤਾ ਵੀ ਪੁਲਿਸ ਦੇ ਵਿੱਚ ਦੱਸਿਆ ਜਾ ਰਿਹਾ, ਔਰ ਇੱਥੋਂ ਜਿਹੜਾ ਕੋਈ ਗਨਮੈਨ ਸੀਗਾ ਆਪ ਆਗੂ ਦਾ, ਉਸਨੇ ਬੜੀ ਮੁਸ਼ਕਲ ਤੋਂ ਬਾਅਦ ਗੋਲੀ ਚਲਾਉਣ ਵਾਲੇ ਜਿਹੜਾ ਨੌਜਵਾਨ ਆ ਉਸਨੂੰ ਕਾਬੂ ਕਰ ਲਿਆ, ਉਹਦੇ ਕੋਲ ਪਿਸਟਲ ਵੀ ਬਰਾਮਦ ਕਰਕੇ ਉਸਨੂੰ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਬਹੁਤ ਦਹਿਸ਼ਤ ਦਾ, ਡਰ ਦਾ, ਖੌਫ ਦਾ ਮਾਹੌਲ ਹੈ। ਬਿਲਕੁਲ, ਡਰ ਔਰ ਦਹਿਸ਼ਤ ਦਾ ਮਾਹੌਲ ਤਾਂ ਯਕੀਨਨ ਬਣਦਾ ਹੈ, ਕਿਉਂਕਿ ਇੱਥੇ ਇੱਕ ਸਟੂਡੈਂਟ ਤੇ ਜਿਹੜਾ ਨਾਬਾਲਿਗ ਹੈ ਉਸ ਤੇ ਹਮਲਾ ਕੀਤਾ ਗਿਆ। ਸੋ ਕਿਆ ਇਹ ਸਕੂਲ ਦੇ ਅੰਦਰ ਘਟਨਾ ਹੋਈ ਹੈ ਕਿ ਸਕੂਲ ਦੇ ਬਾਹਰ ਹੋਈ ਹੈ? ਜੀ ਬਿਲਕੁਲ, ਸਕੂਲ ਤੋਂ ਬਾਹਰ ਘਟਨਾ ਹੋਈ ਹੈ, ਸਕੂਲ ਦੇ ਅੰਦਰ ਤੇ ਐਗਜ਼ਾਮ ਚੱਲ ਰਹੇ ਨੇ, ਬੱਚੇ ਦੱਸਿਆ ਜਾ ਰਿਹਾ ਕਿ ਪਹਿਲਾਂ ਇੱਥੇ ਪੜ੍ਹਦੇ ਸੀ, ਉਹ ਜਿਹੜੇ ਸਕੂਲ ਦੇ ਸਟਾਫ ਆ ਉਹਨਾਂ ਵੱਲੋਂ ਅਜੇ ਤੱਕ ਕੋਈ ਇਹਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ, ਉਹ ਇਸ ਘਟਨਾ ਤੋਂ ਇਨਕਾਰ ਕਰ ਰਹੇ ਨੇ, ਪਰ ਜਿਹੜੇ ਨੇੜਲੇ ਚਸ਼ਮਦੀਦ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਕੂਲ 'ਚ ਪਹਿਲਾਂ ਬੱਚੇ ਪੜ੍ਹਦੇ ਸੀ, ਉੱਥੋਂ ਇਹਨਾਂ ਦੀ ਤਕਰਾਰ ਹੋਈ ਸੀ, ਪਰ ਹੁਣ ਉਹ ਸਕੂਲ ਛੱਡ ਚੁੱਕੇ ਆ ਜਾਂ ਨਹੀਂ ਛੱਡ ਚੁੱਕੇ, ਸਾਰਾ ਖੁਲਾਸਾ ਪੁਲਿਸ ਕਰੇਗੀ। ਪਰ ਫਿਲਹਾਲ ਜਿਹੜੇ ਇਹ ਤਾਂ ਬੱਚਿਆਂ ਦੀ ਲੜਾਈ ਆ, ਇਹ ਖੂਨੀ ਰੂਪ ਧਾਰਨ ਕਰ ਗਈ ਆ ਔਰ ਬੱਚੇ ਦੀ ਹਾਲਤ ਬੇਹੱਦ ਨਾਜ਼ੁਕ ਆ, ਕਿਉਂਕਿ ਉਸਦੇ ਪੇਟ 'ਚ ਵੱਖੀ ਦੇ ਵਿੱਚ ਗੋਲੀ ਵੱਜਣ ਦੇ ਕਾਰਨ ਉਹਨਾਂ ਦੇ ਮਾਪਿਆਂ ਨੂੰ ਬੇਹੱਦ ਗੰਭੀਰ ਚਿੰਤਾ ਦਾ ਮਾਹੌਲ ਬਣਿਆ ਪਿਆ, ਔਰ ਜਿਹੜੇ ਨੇੜਲੇ ਲੋਕ ਨੇ ਘਰਾਂ ਦੇ ਵਿੱਚ ਸੁੰਨਸਾਨ ਪਸਰ ਗਈ ਹੈ, ਸਾਰੇ ਲੋਕਾਂ ਨੇ ਆਪਣੇ ਕੈਮਰੇ ਵੀ ਜਿਹੜੇ ਉਹਨਾਂ ਦੇ ਰੁੱਖ ਵੀ ਮੋੜ ਲਏ ਨੇ ਕਿ ਕੋਈ ਪੁਲਿਸ ਜਾਂ ਕੋਈ ਆ ਕੇ ਉਹਨਾਂ ਦੇ ਕੈਮਰੇ ਨਾ ਚੈੱਕ ਕਰ ਸਕੇ, ਕਿਉਂਕਿ ਜਿਸ ਜਗ੍ਹਾ 'ਤੇ ਗੋਲੀ ਚੱਲੀ ਆ ਉੱਥੇ ਡਾਕਟਰ ਪਰਮਿੰਦਰ ਸਿੰਘ MD ਨੇ
ਉਹਨਾਂ ਦੇ ਗੇਟ ਦੇ ਸਾਹਮਣੇ ਗੋਲੀ ਚੱਲੀ ਹੈ ਔਰ ਗੋਲੀ ਬੱਚੇ ਦੇ ਪੇਟ ਦੇ ਵਿੱਚ ਵੱਜਦੀ ਹੈ ਔਰ ਉਸਨੂੰ ਕਾਬੂ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ ਇੱਕ ਗਨਮੈਨ ਵੱਲੋਂ ਆਪਦੇ ਆਗੂ ਵੱਲੋਂ। ਹੁਣ ਪੁਲਿਸ ਇਸ ਤਫਤੀਸ਼ ਕੀ ਕੱਢਦੀ ਹੈ, ਕਿਉਂ ਇਸ ਦੀ ਲੜਾਈ ਹੋਈ, ਇਸ ਦਾ ਕਾਰਨ ਕੀ ਹੈ, ਸਕੂਲ ਦੇ ਵਿੱਚ ਲੜਾਈ ਹੋਈ ਹੈ, ਸਕੂਲ ਦਾ ਕਾਰਨ ਬਣਿਆ ਜਾਂ ਕੋਈ ਹੋਰ ਕਾਰਨ ਬਣਿਆ, ਇਹ ਪੁਲਿਸ ਦੱਸੇਗੀ। ਪਰ ਬੱਚੇ ਦੀ ਹਾਲਤ ਬੇਹੱਦ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਜਿਹੜਾ ਇਲਾਕੇ ਦੇ ਵਿੱਚ ਪੂਰਾ ਦਹਿਸ਼ਤ ਦਾ ਡਰ ਦਾ ਖੌਫ ਮਾਹੌਲ ਹੈ ਵੀ ਕਿਵੇਂ ਜਿਹੜੇ ਇੱਕ ਵਿਦਿਆਰਥੀ ਨੇ ਹੱਥਾਂ ਦੇ ਵਿੱਚ ਪਿਸਤੌਲ ਲਈ ਫਿਰਦੇ ਨੇ, ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ, ਕਿਸੇ ਪੁਲਿਸ ਦਾ ਡਰ ਖੌਫ ਕਿਧਰੇ ਦਿਖਾਈ ਨਹੀਂ ਦੇ ਰਿਹਾ ਜੀ। ਬਿਲਕੁਲ, ਕੋਈ ਡਰ ਖੌਫ ਤਾਂ ਰਹਿ ਹੀ ਨਹੀਂ ਗਿਆ। ਇਹ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਹਥਿਆਰਾਂ ਦਾ ਇਸਤੇਮਾਲ ਸ਼ਰੇਆਮ ਹੋ ਰਿਹਾ, ਦਿਨ ਦਿਹਾੜੇ ਇਸ ਤਰ੍ਹਾਂ ਦੇ ਨਾਲ ਇਹ ਘਟਨਾਵਾਂ ਵਾਪਰਨੀਆਂ। ਹੁਣ ਇੱਥੇ ਇਹ ਸਕੂਲ ਦੇ ਬਾਹਰ ਜਿਸ ਵਿੱਚ ਕੁਝ ਵਿਦਿਆਰਥੀ ਆਪ ਸ਼ਾਮਿਲ ਨੇ, ਭਾਵੇਂ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਰਿਹਾ ਹੋਵੇ, ਹੈਰਾਨ ਕਰਦਾ ਹੈ। ਲੇਕਿਨ ਇੱਥੇ ਹੁਣ ਕੋਈ ਪੁਲਿਸ ਅਧਿਕਾਰੀ ਦਾ ਕੋਈ ਅਧਿਕਾਰਿਤ ਬਿਆਨ ਆਇਆ ਹੈ, ਸਕੂਲ ਦੇ ਵਿੱਚ ਕੀ ਕੁਝ ਮਾਹੌਲ ਹੈ, ਇਸ ਬਾਰੇ ਕੋਈ ਜਾਣਕਾਰੀ ਰਜਿੰਦਰ? ਜੀ ਬਿਲਕੁਲ, ਅਸੀਂ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਜਾਂ ਜਿਹੜੇ ਹੋਰ ਸੰਬੰਧਿਤ ਅਧਿਕਾਰੀ ਨੇ, ਮੈਂ ਨਿੱਜੀ ਤੌਰ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਇਸ ਸਾਰੀ ਫਾਇਰਿੰਗ ਤੋਂ, ਸਾਰੀ ਘਟਨਾ ਤੋਂ ਇਨਕਾਰ ਕਰਦਿਆਂ ਤੋਂ ਬਾਹਰ ਇਹ ਘਟਨਾ ਦੋ ਗਲੀਆਂ ਦੂਰ ਵਾਪਰੀ ਆ, ਪਰ ਜਿਹੜੇ ਸੂਤਰ ਨੇ ਜਾਂ ਪੁਲਿਸ ਵੱਲੋਂ ਅਪੁਸ਼ਟ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਆ ਕਿ ਸਕੂਲ ਦੇ ਨਾਲ ਹੀ ਉਹਨਾਂ ਦਾ ਸੰਬੰਧ ਸੀ, ਉੱਥੋਂ ਹੀ ਉਹਨਾਂ ਦੀ ਕੋਈ ਦੋਨਾਂ ਦੋਸਤਾਂ ਦੀ ਆਪਸੀ ਰੰਜਿਸ਼ ਹੁੰਦੀ ਆ, ਰੰਜਿਸ਼ ਇੱਥੋਂ ਤੱਕ ਵੱਧ ਜਾਂਦੀ ਆ ਕਿ ਗੱਲ ਗੋਲੀ ਤੱਕ ਚੱਲ ਜਾਂਦੀ ਆ, ਇੱਕ ਦੂਜੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ। ਇੱਥੇ ਦੱਸਣਾ ਬਣਦਾ ਕਿ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਬਟਾਲਾ ਦੇ ਵਿੱਚ ਲੱਗੀ ਹੈ। ਬਾਬੇ ਨਾਨਕ ਦਾ ਵਿਆਹ ਪੁਰਬ ਇੱਥੇ ਮਨਾਇਆ ਗਿਆ, ਚੱਪੇ ਚੱਪੇ ਤੇ ਪੁਲਿਸ ਤੈਨਾਤ ਸੀ ਔਰ ਹਰ ਚੌਂਕ ਹਰ ਨਾਕੇ ਤੇ ਲੋਕਾਂ ਦੀ ਜਿਹੜੀ ਆ ਤਲਾਸ਼ੀ ਲਈ ਜਾ ਰਹੀ ਸੀ, ਕੈਮਰੇ ਲਗਾਏ ਸਨ। ਪਰ ਅਗਲੇ ਦਿਨ ਹੀ ਅੱਜ ਇਹ ਵਾਰਦਾਤ ਵਾਪਰ ਜਾਂਦੀ ਹੈ ਔਰ ਪੁਲਿਸ ਦੀ ਕਾਰਜਕਾਰੀ ਤੇ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ ਲੱਗਦੇ ਕਿ ਕਿਵੇਂ ਜਿਹੜੇ ਆ ਇਹ ਨੌਜਵਾਨ ਨੇ ਪਿਸਟਲ ਲਈ ਫਿਰਦੇ ਨੇ, ਕਿਵੇਂ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਡਰ ਖੌਫ ਦਿਖਾਈ ਨਹੀਂ ਦੇ ਰਿਹਾ। ਜਿੱਥੇ ਚਾਹੁੰਦੇ ਆ, ਜਦੋਂ ਚਾਹੁੰਦੇ ਆ ਉੱਥੇ ਲੁੱਟ ਹੋ ਜਾਂਦੀ ਹੈ, ਜਿੱਥੇ ਚਾਹੁੰਦੇ ਆ ਉੱਥੇ ਕੋਈ ਫਰੋਤੀ ਹੋ ਜਾਂਦੀ ਹੈ, ਜਿੱਥੇ ਕਿਸੇ ਦਾ ਕਤਲ ਕਰਨਾ, ਕੋਈ ਡਰ ਦਿਖਾਈ ਨਹੀਂ ਦੇ ਰਿਹਾ। ਇਹੋ ਕਾਰਨ ਹੈ ਜਿਹੜੇ ਲੋਕ ਨੇ ਸਾਰੇ ਪੰਜਾਬ ਦੇ ਜੀ ਡਰੇ ਤੇ ਸਹਿਮੇ ਦਿਖਾਈ ਦੇ ਰਹੇ ਨੇ ਜੀ। ਬਿਲਕੁਲ, ਲੇਕਿਨ ਜਿਸ ਵਿਦਿਆਰਥੀ ਨੂੰ ਗੋਲੀ ਲੱਗੀ ਹੈ, ਜਿਸ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ, ਉਸਦੇ ਪਰਿਵਾਰ ਵੱਲੋਂ ਕੋਈ ਬਿਆਨ ਸਾਹਮਣੇ ਆਇਆ ਹੁਣ ਤੱਕ? ਜੀ ਬਿਲਕੁਲ, ਬਿਆਨ ਵਾਲੀ ਤਾਂ ਗੱਲ ਹੀ ਨਹੀਂ, ਕਿਉਂਕਿ ਹਾਲਤ ਬੇਹੱਦ ਗੰਭੀਰ ਆ। ਮਾਪੇ ਵਰਲਾਪ ਕਰ ਰਹੇ ਨੇ, ਚਿੰਤਾ ਦੇ ਵਿੱਚ ਹੈ, ਕਈ ਤਰ੍ਹਾਂ ਦੀਆਂ ਗੱਲਾਂ ਇੱਥੇ ਅਫਵਾਹਾਂ ਫੈਲ ਰਹੀਆਂ ਨੇ। ਅਜੇ ਤੱਕ ਕਿਸੇ ਵੱਲੋਂ ਪੁਲਿਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਹਫੜਾ ਦਫੜੀ ਦੇ ਵਿੱਚ ਜਿਹੜਾ ਉਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਪਰਿਵਾਰ ਲੱਗਾ, ਉਹ ਬਟਾਲੇ ਦੇ ਨਾਲ ਹੀ ਸੰਬੰਧਿਤ ਨੇ ਔਰ ਜਿਸ ਨੌਜਵਾਨ ਨੇ ਗੋਲੀ ਚਲਾਈ ਉਹ ਕੈਲੀਫੋਰਨੀਆ ਤੋਂ ਆਇਆ ਦੱਸਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਕਿ ਉਸਦਾ ਕੋਈ ਫਾਦਰ ਜਾਂ ਕੋਈ ਨਜ਼ਦੀਕੀ ਪੁਲਿਸ ਦੇ ਵਿੱਚ ਆ। ਇਹ ਸਾਰੀ ਜਿਹੜੀ ਆ ਪੁਸ਼ਟੀ ਆ, ਇਹ ਜਾਂਚ ਦਾ ਵਿਸ਼ਾ ਆ, ਪੁਲਿਸ ਕਿਹੜੇ ਤੱਥਾਂ ਨੂੰ ਸਾਹਮਣੇ ਲੈ ਕੇ ਆਉਂਦੀ ਹੈ, ਕਿਉਂਕਿ ਗੋਲੀ ਚਲਾਉਣ ਵਾਲਾ ਜਿਹੜਾ ਆ ਉਹ ਪਿਸਤੌਲ ਸਮੇਤ ਜਿਹੜਾ ਗਨਮੈਨ ਵੱਲੋਂ ਥਾਣਾ ਸਿਟੀ ਦੇ ਵਿੱਚ ਉਸਨੂੰ ਫੜਾ ਦਿੱਤਾ ਗਿਆ। ਪੁਲਿਸ ਵੱਲੋਂ ਅਜੇ ਤੱਕ ਕੋਈ ਨਾ ਤੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਾ ਹੀ ਕੋਈ ਪੁਸ਼ਟੀ ਕੀਤੀ ਗਈ ਹੈ। ਪਰ ਫਿਲਹਾਲ ਜਿਹੜਾ ਨੌਜਵਾਨ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਬੇਹੱਦ ਗੰਭੀਰ ਆ ਔਰ ਸ਼ਹਿਰ ਦੇ ਵਿੱਚ ਬਿਲਕੁਲ ਜਿਹੜਾ ਨਾ ਇੱਕ ਮਾਹੌਲ ਸਹਿਮ ਦਾ ਤੇ ਡਰ ਦਾ ਬਣਿਆ ਔਰ ਆਸ ਪਾਸ ਦੀਆਂ ਕਲੋਨੀਆਂ 'ਚ ਬਿਲਕੁਲ ਸੁਨਸਾਨ ਪਛੜੀ ਹੈ। ਗਲੀ ਦੇ ਵਿੱਚ ਕੋਈ ਵੀ ਆਪਣਾ ਗੇਟ ਤੱਕ ਖੁੱਲ੍ਹਣ ਨੂੰ ਤਿਆਰ ਨਹੀਂ, ਬਾਰੀਆਂ ਦੇ ਵਿੱਚੋਂ ਲੋਕ ਝਾਤੀਆਂ ਜ਼ਰੂਰ ਮਾਰ ਰਹੇ ਨੇ। ਇੰਨਾ ਡਰ, ਇੰਨੀ ਦਹਿਸ਼ਤ ਹੈ ਕਿ ਕੋਈ ਚਸ਼ਮ ਦੀ ਸਾਹਮਣੇ ਆ ਕੇ ਵੀ ਦੱਸਣ ਨੂੰ ਤਿਆਰ ਨਹੀਂ ਕਿ ਕਿਵੇਂ ਘਟਨਾ ਵਾਪਰੀ ਹੈ, ਕਿੰਨੇ ਗੋਲੀ ਮਾਰੀ ਹੈ, ਕਿਉਂ ਗੋਲੀ ਮਾਰੀ ਹੈ। ਕੋਈ ਵੀ ਕਿਸੇ ਨਾਲ ਵੈਰ ਵਿਰੋਧ ਪਾਉਣਾ ਨਹੀਂ ਚਾਹੁੰਦਾ, ਪਰ ਕੁਝ ਵੀ ਹੋਵੇ ਇਹ ਘਟਨਾ ਬਹੁਤ ਮੰਦਭਾਗੀ ਆ। ਇਹ ਨੌਜਵਾਨ ਆਪਸ ਵਿੱਚ ਲੜੇ ਨੇ, ਇਹ ਸਕੂਲ 'ਚ ਪੜ੍ਹਦੇ ਨੇ ਜਾਂ ਸਕੂਲ ਤੋਂ ਇਹਨਾਂ ਨਾਲ ਪੜ੍ਹਾਈ ਖਤਮ ਕਰ ਲਈ ਹੈ, ਇਹ ਸਾਰਾ ਹੁਣ ਪੁਲਿਸ ਇਸ ਦੀ ਜਾਂਚ ਤੋਂ ਬਾਅਦ ਦੱਸੇਗੀ। ਪਰ ਉਸ ਦਮਨ ਗਰਿਆ ਬੇਹੱਦ ਨਾਜ਼ੁਕ ਹੈ, ਬਟਾਲਾ ਸ਼ਹਿਰ ਦੇ ਵਿੱਚ ਡਰ ਦਾ ਦਹਿਸ਼ਤ ਦਾ ਮਾਹੌਲ ਆ। ਪੁਲਿਸ ਹੁਣ ਕਿਹੜੇ ਤੱਕ ਸਾਹਮਣੇ ਲੈ ਕੇ ਆਉਂਦੀ ਹੈ, ਇਸਦੇ ਕਾਰਨ ਕੀ ਨੇ, ਇਹ ਪੁਲਿਸ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਸ ਤੋਂ ਬਾਅਦ ਪਤਾ ਲੱਗੇਗਾ। ਫਿਲਹਾਲ ਜਿਹੜਾ
ਜੀ ਬਿਲਕੁਲ ਜੀ ਰਜਿੰਦਰ, ਸ਼ੁਕਰੀਆ ਫਿਲਹਾਲ ਦੀ ਸਾਰੀ ਜਾਣਕਾਰੀ ਲਈ। ਸੋ ਫਿਲਹਾਲ ਯਕੀਨਨ ਬੜਾ ਹੀ ਦੁਖਦਾਈ ਔਰ ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ, ਕਿਸ ਤਰ੍ਹਾਂ ਦੇ ਨਾਲ ਇੱਥੇ ਇੱਕ ਵਿਦਿਆਰਥੀ ਨੂੰ ਜਿਹੜੀ ਹੈ ਗੋਲੀ ਵੱਜੀ ਹੈ। ਹਾਲਾਂਕਿ ਸਕੂਲ ਦੇ ਬਾਹਰ ਇੱਥੇ ਹਾਦਸਾ ਵਾਪਰਿਆ ਜਿਸ ਵਿੱਚ ਇਸ ਬੱਚੇ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ, ਲੇਕਿਨ ਇੱਥੇ ਪੁਲਿਸ ਕੋਈ ਵੀ ਬਿਆਨ ਦਿੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਪੂਰੇ ਇਲਾਕੇ ਦੇ ਵਿੱਚ, ਆਸ ਪਾਸ ਦੇ ਲੋਕਾਂ ਦੇ ਵਿੱਚ, ਸਕੂਲ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਮੈਂ ਉੱਥੇ ਸਾਹਮਣੇ ਗੱਡੀ ਰਿਹਾ ਸੀਗਾ, ਸਾਫ ਕਰਨ ਰਿਹਾ ਸੀਗਾ, ਅਤੇ ਇੱਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕਿਹਾ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ, ਰੌਲਾ ਰੱਪਾ ਪੈਂਦੇ ਆ ਸਕੂਲ ਦੇ ਬੱਚਿਆਂ ਦਾ, ਅਤੇ ਅਚਾਨਕ ਹੀ ਉੱਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਵੱਲ ਅੱਧ ਨੂੰ ਸਾਡੇ ਵੱਲ ਨੂੰ ਭੱਜੇ ਆਏ ਨੇ, ਅਤੇ ਵੈਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ। ਦੋ ਜਣੇ ਸੀਗੇ, ਪੈਦਲ ਸੀਗੇ, ਬਲੂ ਕਲਰ ਦੀ ਟੀ ਸ਼ਰਟ ਡਾਲੀ ਪਾਈ ਹੋਈ ਸੀ ਮੁੰਡੇ ਨੇ, ਅਤੇ ਫਿਰ ਰਾਜਕੁਮਾਰ ਜੀ ਉਹ ਪਿੱਛੇ ਗਿਆ ਡੱਗਾ ਨੇ ਮੈਨ ਜਿਹੜਾ ਅੰਕਲ ਦਾ, ਉਹ ਮਗਰ ਗਿਆ ਵਾ ਭੱਜਿਆ, ਅਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰ ਦੇਣੀ ਨਹੀਂ ਤੇ, ਅਤੇ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕਿਸੇ ਨਾਲ ਹੈਗੀ ਕੁੰਦਕ, ਉਹਦੇ ਕਰਕੇ ਅਤੇ ਉਹ ਮੁੰਡੇ ਦੋ ਸੀਗੇ ਇੱਥੇ, ਪਤਾ ਨਹੀਂ ਲੰਘਦੇ ਪਏ ਸੀਗੇ ਕੌਣ ਸੀਗੇ, ਪਰ ਅਸੀਂ ਭੱਜੇ ਆਏ ਫਟਾਫਟ, ਅਤੇ ਕੀ ਹੋਇਆ ਇੱਥੇ, ਅਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਬਲੂਡ ਵਾਹਵਾ ਨਿਕਲਿਆ ਦਾ ਸੀਗਾ। ਕੌਣ ਲੈ ਗਿਆ? ਮੁੰਡੇ ਲੈ ਗਏ ਸਿਵਲ ਹਸਪਤਾਲ ਲੈ ਗਏ ਆ। ਕੀ ਰਾਧਾ ਕ੍ਰਿਸ਼ਨਨ ਕਾਲੋਨੀ ਦੇ ਵਿੱਚ ਗੋਲੀ ਚੱਲੀ ਹੈ ਅਤੇ ਇੱਕ ਲੜਕੇ ਦੇ ਜਿਹਦੇ ਇੰਜਰ ਹੋਇਆ, ਅਤੇ ਮੌਕੇ 'ਤੇ ਆ ਕੇ ਪਤਾ ਲੱਗਿਆ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ, ਜੋ ਕਿ ਹਾਥੀ ਗੇਟ ਅੰਮ੍ਰਿਤਸਰ ਦਾ ਇੱਥੇ ਹਾਥੀ ਗੇਟ ਬਟਾਲਾ ਦਾ ਰਹਿਣ ਵਾਲਾ ਹੈ, ਅਤੇ ਉਹਦੇ ਨਾਲ ਦੋ ਉਹਦੇ ਯਾਰ ਦੋਸਤ ਸੀਗੇ ਜਿਹੜੇ ਉਹਨੂੰ ਹੁਣ ਹੋਸਪਿਟਲ ਲੈ ਕੇ ਗਏ ਨੇ, ਅਮਨਦੀਪ ਹੋਸਪਿਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹੋਸਪਿਟਲ ਤੋਂ ਬਾਅਦ, ਅਤੇ ਜਿਹੜੇ ਦੋਸ਼ੀ ਨੇ ਉਹ ਦੋ ਅਨਨੋਨ ਨੇ, ਅਤੇ ਅਸੀਂ ਹੁਣ ਮੌਕੇ 'ਤੇ ਉਹਦਾ ਸਟੇਟਮੈਂਟ ਲੈ ਕੇ ਅਤੇ ਐੱਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਦੋਸ਼ੀ ਨੂੰ ਫੜਾਂਗੇ। ਗੋਲੀ ਚੱਲੀ ਸਰ ਉਹ ਫੜੇ ਗਏ ਬੱਚੇ ਜਿਹਨਾਂ ਦੇ ਉੱਤੇ ਗੋਲੀ ਚੱਲੀ? ਜੀ ਹਜੇ ਪ੍ਰੀਲਿਮਨਰੀ ਕੁਛ ਵੀ ਕਹਿਣਾ ਮੁਸ਼ਕਿਲ ਹੈ, ਅਸੀਂ ਤੁਹਾਨੂੰ ਦੱਸਿਆ ਕਿ ਮੌਕੇ 'ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ, ਹੁਣ ਅਮਨਦੀਪ ਹੋਸਪਿਟਲ ਸਾਡੀ ਟੀਮ ਜਾ ਰਹੀ ਹੈ, ਉਹਨਾਂ ਮੁਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੁਰਾਇਆ ਅਤੇ ਉਹਦੇ ਦੋਸਤ ਨੇ ਜਿਹੜੇ ਜਿਹਨਾਂ ਨੇ ਦੱਸਿਆ ਕਿ ਅਸੀਂ ਵੀ ਉੱਥੇ ਨਾਲ ਸੀਗੇ ਉਸ ਟਾਈਮ 'ਤੇ, ਉਹਨਾਂ ਨਾਲ ਤਾਲਮੇਲ ਕਰਦੇ ਹਾਂ। ਜਿਹੜੀ ਗੋਲੀ ਚਲਾਈ ਉਹ ਫੜਿਆ ਗਿਆ ਕਹਿੰਦੇ? ਨਹੀਂ ਹਜੇ ਵੀ ਬਰਾਮਦ ਹੋਈ ਜੀ, ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ, ਹਜੇ ਇਹਨੂੰ ਤੁਹਾਨੂੰ ਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਹਾਂ। ਮੈਂ ਬ੍ਰਦਰ ਕਹਿ ਰਿਹਾ ਕਿ ਇਹ ਥੋੜ੍ਹੀ ਦੇਰ ਦਵੋ ਤੁਹਾਨੂੰ ਡਿਟੇਲ ਦੇ ਵਿੱਚ, ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਾਨੂੰ? ਹਾਂ ਸੀਸੀਟੀਵੀਜ਼ ਹੈਗੀਆਂ ਨੇ ਜੀ, ਅਸੀਂ ਸਾਰੇ ਕਿਉਂਕਿ ਸੰਘਣਾ ਇਲਾਕਾ ਅਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ। ਬਤੌਰੇ ਜਸਪਾਲ ਚੌਹਾਨਾ 9 ਵਜੇ ਆ ਜੇ, ਮੈਂ ਜਿੱਦਾਂ ਡਿਊਟੀ ਅੱਗੇ ਆਉਂਦਾ ਮੈਂ ਕੋਠੀ 'ਚ ਬੈਠਾ ਹਾਂ, ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਦੋਂ ਸੁਣੀ ਆ, ਮੈਂ ਮਗਰ ਮੇਰਾ ਦੀਪੂ ਡਰਾਈਵਰ ਸੀ, ਮੈਨੂੰ ਕਹਿੰਦਾ ਕਿੱਧਰ ਚੱਲਿਆ ਰਾਜਕੁਮਾਰ, ਮੈਂ ਇਹ ਬੰਦਾ ਬਲੂ ਪੈਂਟ ਪਾਈ ਸੀ, ਸ਼ਰਟ ਚਿੱਟੀ ਪਾਈ ਸੀ, ਮੈਂ ਮਗਰ ਲੱਗ ਗਿਆ, ਦੌਲੇ ਨਗਰ ਤੋਂ ਗਾਂਹ ਪਾਰ ਕਰ ਗਿਆ ਸੀ, ਉਹ ਨਹਿਰੂ ਗੇਟ ਜਾਮ ਕੇ ਘੇਰ ਲਿਆ ਮੈਂ ਜੱਫਾ ਮਾਰ ਕੇ, ਫਿਰ ਗੋਲੀ ਚਲਾ ਕੇ ਦੌੜਾ। ਹਾਂਜੀ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਜਦੋਂ ਗੋਲੀ ਚੱਲਦੀ ਹੈ ਬਾਊ ਜੀ, ਗੋਲੀ ਦੀ ਆਵਾਜ਼ ਤਾਂ ਠਾ ਹੋਣਾ ਸੀ। ਕਿੰਨੀ ਕੁ ਦੂਰ ਜਾ ਕੇ ਫੜਿਆ? ਮੈਂ ਉਹਨੂੰ ਉਹ ਦੌਲੇ ਨਗਰ ਲੰਘ ਗਿਆ ਸੀ ਪਾਰ, ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ 'ਚੋਂ। ਕਿੰਨੇ ਜਣੇ ਸੀ? ਚੱਕੜੀ 'ਚ ਇਹ ਦੋ ਜਣੇ ਸੀ, ਇੱਕ ਇਹਦਾ ਤੋਂ ਪਹਿਲਾਂ ਹੀ ਨਿਖੜ ਗਿਆ, ਇਹਦੇ ਕੋਲ ਪਿਸਟਲ ਸੀ, ਇਹ ਮੈਂ ਜੱਫਾ ਮਾਰ ਕੇ ਫੜ ਲਿਆ। ਜਦੋਂ ਫਿਰ ਤੁਸੀਂ ਉਹਨੂੰ ਫੜਨ ਲੱਗੇ, ਇਹਨੇ ਕੋਈ ਗੋਲੀ ਚਲਾਉਣ ਦੀ? ਗੋਲੀ ਚਲਾਉਣ ਦੀ ਇਹਨੇ ਕੁਛ ਨਹੀਂ ਕੀਤੀ, ਮੈਂ ਇਮਾਨਦਾਰੀ ਨਾਲ ਦੇ ਦੇਗਾ ਚੰਗਾ ਰਹੂੰਗਾ, ਇਹਨੇ ਮੇਰੇ ਪਿਸਟਲ ਹਵਾਲੇ ਕਰਤਾ। ਅਤੇ ਇਹਦੇ ਕੋਲ ਜਦੋਂ ਪਿਸਟਲ ਤੁਸੀਂ ਇਹਦੇ ਕੋਲ ਰਿਕਵਰ ਕੀਤਾ ਪਿਸਟਲ, ਅਤੇ ਉਦੋਂ ਇਹ ਇਕੱਲਾ ਸੀ ਜਾਂ? ਇਹ ਇਕੱਲਾ ਸੀ, ਨਹਿਰੂ ਗੇਟ ਦੇ ਦੋ ਮੁਲਾਜ਼ਮ ਉਹਨਾਂ ਮੇਰੇ ਨਾਲ ਸਹਿਯੋਗ ਕੀਤਾ ਵਾ, ਮੈਂ ਹਾਂ ਵੀ ਇੱਧਰ ਬੰਦਾ ਭੱਜਾ ਵਾ, ਇਹ ਮਿਲਣਾ ਨਹੀਂ ਜੇ ਮੈਂ ਪਛਾਣ ਤਾਂ ਮੈਨੂੰ ਸੀ, ਮੈਂ ਮਗਰ ਚੜ੍ਹ ਕੇ ਇਹਨੂੰ ਜੱਫਾ ਮਾਰਿਆ, ਮੈਂ ਪਿਸਟਲ ਦੇ ਦੇਗਾ ਚੰਗਾ ਰਹੂੰਗਾ, ਨਹੀਂ ਤਾਂ ਮੈਂ ਡਰਾਇਆ ਇਹਨੂੰ, ਮੈਂ ਚੈਂਬਰ 'ਚ ਚਾੜੀ ਮੈਂ ਗਰ ਲੱਤ 'ਚ ਗੋਲੀ ਮਾਰ ਦੇਣੀ ਆ ਤੇਰੇ, ਤੇਰੇ ਡਰਦਿਆਂ ਫੜਾਤਾ ਜੀ। ਕਿੰਨੀ ਕੁ ਮੁਸ਼ਕਤ ਕਰਨੀ? ਮਕਸਦ ਤੱਕ ਘੰਟਾ ਲੱਗਾ ਜੀ ਮੇਰਾ, ਮਗਰ ਭੱਜਦਾ ਇੱਥੋਂ ਵੇਖ ਲਓ ਆਪਣੀ ਕੋਠੀ ਤੋਂ ਕਿੰਨਾ ਟਾਈਮ ਲੱਗਦਾ, ਘੰਟਾ ਡੇਢ ਘੰਟਾ ਮਕਸਦ ਤੱਕ ਕਰਨੀ। ਮੈਂ ਸਿਟੀ ਹਵਾਲੇ ਕਰਤਾ ਸੱਚੋ ਜੀ।